ਗੁਰਪ੍ਰੀਤ ਸਿੰਘ ਧਾਲੀਵਾਲ ਹੈ ਇਸ ਦੀ ਸ਼ੁਰੂਆਤ ਮੈਂ ਕਲਾਸ ਇੱਕ ਵਾਰੀ ਗੱਤਾ ਘੁੰਮਦਾ ਪਿਆ ਸੀ ਮੇਰੇ ਮੈਂ ਵੀਡੀਓਸ ਦੀ ਪੋਸਟ ਕੀਤੀ ਤੇ ਮੇਰੇ ਫਰੈਂਡ ਨੇ ਮੈਨੂੰ ਮੈਸੇਜ ਕੀਤਾ ਕਿ ਤੂੰ ਰਿਕਾਰਡ ਦੇ ਬਹੁਤ ਕਰੀਬ ਆ ਗਿਆ ਹੈ ਤੇ ਉਸ ਦਿਨ ਤੋਂ ਮੈਂ ਪ੍ਰੈਕਟਿਸ ਕੀਤੀ ਮੈਂ ਆਪਣੇ ਮਨ ਚ ਠਾਲ ਲਿਆ ਕਿ ਮੈਂ ਰਿਕਾਰਡ ਨੂੰ ਬ੍ਰੇਕ ਕਰਨਾ ਹੀ ਕਰਨਾ ਤੇ ਮੈਂ 14-15 ਦਿਨਾਂ ਚ ਰਿਕਾਰਡ ਨੂੰ ਮੈਂ ਬ੍ਰੇਕ ਕਰਤਾ ਤੇ ਜਿਹੜਾ ਪਹਿਲਾ ਪ੍ਰੀਵੀਅਸ ਰਿਕਾਰਡ ਸੀ ਉਹ 1 ਘੰਟਾ ਤੇ 3 ਮਿੰਟ ਦਾ ਸੀ ਪਰ ਜਦੋਂ ਮੈਂ ਬ੍ਰੇਕ ਕੀਤਾ ਉਹ ਮੇਰਾ 1 ਘੰਟਾ ਤੇ 6 ਮਿੰਟ ਦਾ ਸੀ ਕਿੱਦਾਂ ਦਾ ਫੀਲ ਹੋਇਆ ਰਿਕਾਰਡ ਤੋੜ ਕੇ ਫੀਲ ਬਹੁਤ ਵਧੀਆ ਆਇਆ ਮੈਨੂੰ ਬਹੁਤ ਪ੍ਰਾਊਡ ਆਪਣੇ ਆਪ ਤੇ ਮਹਿਸੂਸ ਹੋਈ ਬਹੁਤ ਖੁਸ਼ੀ ਹੋਈ ਮੈਨੂੰ ਸਾਰਿਆਂ ਤੇ ਤੇ ਆਪਣੇ ਹੱਥੇ ਕੀ ਏਮ ਰੱਖਿਆ ਅੱਜ ਏਮ ਰੱਖਿਆ ਕਿਉਂ ਮੈਂ ਗਿਨੇਸ ਵਰਡ ਰਿਕਾਰਡ ਵੀ ਤੋੜਨਾ ਹੈ ਜੋ ਕਿ ਕਿੰਨੀ ਦੇਰ ਦਾ ਉਹ ਗਿਨੇਸ ਵਰਡ ਰਿਕਾਰਡ 3 ਘੰਟੇ ਤੇ 40 ਮਿੰਟ ਦਾ ਹੈ ਉਹਦਾ ਮੈਂ ਜਲਦ ਤੋਂ ਜਲਦ ਤੋੜਨ ਦੀ ਕੋਸ਼ਿਸ਼ ਕਰੂੰਗਾ ਕਿੰਨੀ ਏਜ ਆ ਤੇ ਮੇਰੀ ਏਜ ਹੈ 14 ਸਾਲ ਹੈ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਹਾਂਜੀ ਜੇ ਕੋਈ ਵੀ ਤੁਸੀਂ ਕਈ ਚੀਜ਼ ਕਰਨਾ ਚਾਹੁੰਦੇ ਹੋ ਪਹਿਲਾਂ ਆਪਣੇ ਮਨ ਚ ਥਾਣ ਲੋ ਕਿ ਮੈਂ ਉਹ ਚੀਜ਼ ਨੂੰ ਕਰਨਾ ਹੀ ਕਰਨਾ ਹੈ ਜੀ ਆ ਨਾ ਵਿਜੇਪਾਲ ਸਿੰਘ ਗੁਰਦਾਸਪੁਰ ਤੋਂ ਬੇਟੇ ਦੀ ਸ਼ੁਰੂਆਤ ਕੁਝ ਮਹੀਨਾ ਪਹਿਲਾਂ ਹੋਈ ਸੀ ਅਸੀਂ ਇਹਨੂੰ ਦੇਖਿਆ ਕਈ ਵਾਰੀ ਨੋਟ ਕੀਤਾ ਕਿ ਜੇ ਪੜਨਦੇ ਆ ਇਹਨੇ ਕਾਪੀਆਂ ਕਮਾਉਣੀਆਂ ਸ਼ੁਰੂ ਕਰ ਦੇਣੀਆਂ ਜੇ ਕਿਤੇ ਅਸੀਂ ਬਾਹਰ ਗਏ ਆ ਉੱਥੇ ਜਿਹੜੀ ਵੀ ਚੀਜ਼ ਹੱਥ 'ਚ ਆ ਗਈ ਟਰੇ ਆ ਗਈ ਜਾਂ ਕਿਸੇ ਹੋਟਲ 'ਚ ਗਏ ਆ ਖਾਣਾ ਖਾਣ ਮੈਨੂ ਆ ਗਿਆ ਉਹ ਕਮਾ ਦੇਣਾ ਇਦਾਂ ਹੀ ਕਮਾਉਂਦਾ ਰਿਹਾ ਕੁਝ ਦਿਨ ਕੁਝ ਮਹੀਨਾ ਕਮਾਉਂਦਾ ਰਿਹਾ ਫਿਰ ਇੱਕ ਦਿਨ ਇਹਨੇ ਸਾਨੂੰ ਦੱਸਿਆ ਕਿ ਪਾਪਾ ਇਹ ਮੈਂ ਇਹਦੇ ਵਿੱਚ ਵੀ ਰਿਕਾਰਡ ਕਿਸੇ ਨੇ ਬਣਾਇਆ ਮੈਂ ਰਿਕਾਰਡ ਬ੍ਰੇਕ ਕਰ ਸਕਦਾ ਹਾਂ ਕਿਉਂਕਿ ਇਹਨੇ ਛੋਟੀਆਂ-ਛੋਟੀਆਂ ਫਿਰ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਇਹਨੇ ਆਪਣੀਆਂ ਚੜ੍ਹਨੀ ਸ਼ੁਰੂ ਕੀਤੀਆਂ ਤੇ ਇਹਦੇ ਇੱਕ ਫਰੈਂਡ ਨੇ ਦੱਸਿਆ ਕਿ ਤੂੰ ਬਹੁਤ ਕੋਲ ਹੈ ਉਹਦੇ ਫਿਰ ਇਹਨੇ ਉਹਦੇ ਤੇ ਥੋੜਾ ਫੋਕਸ ਕੀਤਾ ਉਸ ਰਿਕਾਰਡ ਨੂੰ ਬ੍ਰੇਕ ਕਰਨ ਲਈ ਤੇ ਫਿਰ ਕੁਝ ਦਿਨਾਂ ਦੇ ਵਿੱਚ ਇਹਨੇ ਰਿਕਾਰਡ ਬ੍ਰੇਕ ਕਰਤਾ ਜਦੋਂ ਇਹਨੇ ਆਪ ਹੀ ਸਾਰਾ ਕੁਝ ਕੀਤਾ ਜਦੋਂ ਸਾਨੂੰ ਇਹਦੇ ਰਿਕਾਰਡ ਬ੍ਰੇਕ ਬਾਰੇ ਪਤਾ ਲੱਗਾ ਸਾਨੂੰ ਕਾਲ ਆਈ ਇੰਡੀਆ ਬੁੱਕ ਰਿਕਾਰਡ ਵੱਲੋਂ ਤੇ ਸਾਨੂੰ ਬੜੀ ਖੁਸ਼ੀ ਹੋਈ ਹੁਣ ਇਹ ਸਕੂਲ ਜਾਂਦਾ ਵਾ ਤੇ ਅੱਛਾ ਮਾਹੌਲ ਬੰਦਾ ਜਦੋਂ ਸਕੂਲ ਵਾਲੇ ਕ੍ਰੈਪਿੰਗ ਕਰਦੇ ਬਹੁਤ ਖੁਸ਼ੀ ਹੁੰਦੀ ਇਹ ਚੀਜ਼ ਸੁਣ ਕੇ ਪਿੰਡਾ ਬੁੱਕ ਨਾਲ ਕੰਟੈਕਟ ਵੀ ਇਹਨੇ ਆਪ ਹੀ ਕੀਤਾ ਸਾਰਾ ਕੁਝ ਨੇ ਆਪ ਕੀਤਾ ਜੀ ਇਹਨੇ ਆਪ ਹੀ ਗੂਗਲ ਤੇ ਜਦੋਂ ਇਹਦੇ ਫਰੈਂਡ ਨੇ ਇਹਨੂੰ ਦੱਸਿਆ ਕਿ ਤੂੰ ਰਿਕਾਰਡ ਤੇ ਬਹੁਤ ਕਾਲ ਆ ਗਿਆ ਫਿਰ ਇਹਨੇ ਆਪ ਹੀ ਗੂਗਲ ਤੇ ਸਰਚ ਮਾਰਿਆ ਕਿ ਕਿੰਨਾ ਰਿਕਾਰਡ ਸੀ ਇਹਨੇ ਫਿਰ ਦੇਖਿਆ ਕਿ ਉਹਦੇ ਉੱਪਰ 63 ਮਿੰਟ ਦਾ ਰਿਕਾਰਡ ਸੀ ਫਿਰ ਇਹਨੇ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਔਰ ਕਰਤਾ ਕੁਛ ਦਿਨਾ ਚ ਹੀ ਕਰ ਦਿੱਤਾ ਕਦੀ ਰੋਕਿਆ ਟੋਕਿਆ ਨਹੀਂ ਇਹਨੂੰ ਆ ਸਟਾਰਟਿੰਗ ਜਦੋਂ ਇਹ ਆਪਣੀਆਂ ਕਾਪੀਆਂ ਪਾੜ ਲੈਂਦਾ ਸੀ ਉਂਗਲਕ ਮਲਕੇ ਉਹ ਤਾਂ ਥੋੜਾ ਕਹਿਦਾ ਸੀ ਵੀ ਨਹੀਂ ਕੋਈ ਤੇ ਫਿਰ ਪਰ ਜਦੋਂ ਪਤਾ ਲੱਗਾ ਵੀ ਇਹ ਰਿਕਾਰਡ ਬ੍ਰੇਕ ਕਰਨਾ ਚਾਹੁੰਦਾ ਫਿਰ ਨਹੀਂ ਫਿਰ ਅਸੀਂ ਇਹਨੂੰ ਪੂਰੀ ਹਲਾਸ਼ੇਰੀ ਪੂਰਾ ਸਾਥ ਦਿੱਤਾ ਇਹਦਾ ਅਸੀਂ ਕਿਤੇ ਤੁਹਾਨੂੰ ਹੋ ਰਿਹਾ ਹੁਣ ਤਾਂ ਬਹੁਤ ਖੁਸ਼ੀ ਹੁੰਦੀ ਆ ਜੀ ਹੁਣ ਇਹਦੇ ਸਕੂਲ ਜਾਈ ਦਾ ਉਹ ਵੀ ਤੁਹਾਨੂੰ ਪਤਾ ਇਨਾਂ ਦਿਨਾਂ ਚ ਤੇ ਸਾਰਿਆਂ ਨੇ ਹੁਣ ਵਧਾਈਆਂ ਦਿੱਤੀਆਂ ਅੱਛਾ ਲੱਗਦਾ ਕਿਉਂਕਿ ਬੇਟੇ ਨੇ ਰਿਕਾਰਡ ਬ੍ਰੇਕ ਕੀਤਾ ਇਹ ਕਹਿ ਰਿਹਾ ਜੀ ਮੇਰਾ ਏਮ ਹੈ ਹੁਣ ਗਿੰਨੇ ਤੋਂ ਬੁੱਕ ਦਾ ਰਿਕਾਰਡ ਤੋੜਨਾ ਆਬਵੀਸਲੀ ਏ ਹੁਣ ਥੋੜੇਗਾ ਨਹੀਂ ਹੁਣ ਅਸੀਂ ਹੁਣ ਸਾਡੀ ਫੁੱਲ ਸਪੋਰਟ ਹੈ ਜੀ ਹੁਣ ਇਹ ਕਰੇਗਾ ਵਧੀਆ ਤਰੀਕੇ ਨਾਲ ਕਰ ਸਕੇਗਾ ਮਾਪੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮਾਪਾਪਨ ਇਹ ਮੈਸੇਜ ਆ ਕਿ ਅੱਜਕੱਲ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਬੋਝ ਆ ਲੇਕਿਨ ਉਹਦੇ ਨਾਲ ਨਾਲ ਬੱਚਿਆਂ ਤੇ ਜਿਹੜੇ ਸ਼ੌਂਕ ਆ ਉਹਨਾਂ ਵੱਲ ਧਿਆਨ ਦਿਓ ਜੋ ਉਹਨਾਂ ਦੇ ਸ਼ੌਂਕ ਆ ਉਹਨਾਂ ਦਾ ਸਾਥ ਦਿਓ ਤਾਂ ਜੋ ਆਪਣੇ ਪੂਰੇ ਕਰ ਸਕਣ